ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਆਪ ਦੇਖ ਰਹੇ ਹਾਂ ਤਾਨਲਾ ਟੀਵੀ ਔਰ ਮੈਂ ਹੂੰ ਮੁਹੰਮਦ ਰਫੀਕ ਅੱਜ ਅਸੀਂ ਤਾਨਲੇ ਵਾਲਾ ਦੀ ਇੱਕ ਬੜੀ ਵੱਡੀ ਸਿਆਸਤ ਜਿਨ੍ਹਾਂ ਨੇ ਸਿਆਸਤ ਦਾ ਆਗਾਜ਼ ਕੀਤਾ ਤਾਨਲੇ ਵਾਲਾ ਚ ਲੋਕਾਂ ਨੂੰ ਦੱਸਿਆ ਕਿ ਸਿਆਸਤ ਹੁੰਦੀ ਕੀ ਆ ਠੀਕ ਹੈ ਨਾ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਇੱਕ ਰੇੜੀ ਵਾਲੇ ਨੂੰ ਵੀ ਇੱਕ ਨਾਂ ਤੋਂ ਪਹਿਚਾਨਦੇ ਸਨ ਕਿ ਤੂੰ ਫਲਾਣੇ ਦਾ ਬੇਟਾ ਤੇਰੇ ਘਰ ਦੇ ਚ ਕਿਕਰ ਵੀ ਲੱਗਾ ਇਹ ਇਦਾਂ ਦੇ ਸਿਆਸਤਦਾਨ ਨੇ ਸਨ ਇਹ ਉਹ ਸਿਆਸਤਦਾਨ ਨਹੀਂ ਸਨ ਕਿ ਜਿਹੜੇ ਵੋਟ ਲੈਂਦੇ ਸਨ ਤੇ ਮੁੜ ਕੇ ਉਸ ਬੰਦੇ ਨੂੰ ਵੈਸੇ ਭੁੱਲ ਜਾਣਾ। ਅਸਲਾਮੁਅਲੈਕੁਮ ਬਾਬਾ ਜੀ। ਵਾਹ ਸਾਹਿਬ। ਅੱਛਾ ਬਾਬਾ ਜੀ ਇੱਕ ਚੀਜ਼ ਤੁਸੀਂ ਦੱਸੋ ਕਿ ਹੁਣ ਤੁਹਾਡੀ ਤਬੀਅਤ ਕਿਦਾਂ? ਮੈਂ ਜਬੀ ਇਹ ਵਾਹ ਠੀਕ ਹੀ ਹੈ तकरीबन। ਥੋੜਾ ਜਨਾ ਸਾਨੂੰ ਅੱਜ ਦੀ ਸਿਆਸਤ ਬਾਰੇ ਦੱਸੋ ਕਿ ਅੱਜਕੱਲ੍ਹ ਦੀ ਤੁਸੀਂ ਸੁਣਦੇ ਹੋ 100 ਟੀਵੀ ਕਿ ਅੱਜਕੱਲ੍ਹ ਸਿਆਸਤ ਕੀ ਕਰਸੀ ਸਾਡੇ ਨਾਲ? ਜਿਹੜੀ ਸਿਆਸਤ ਹੈ ਨਾ ਅੱਜਕੱਲ੍ਹ ਦੀ ਜੋ ਚੱਲ ਰਹੀ ਹੈ। ये इमरान खान से बिल्कुल लोगों ने बड़े शौक भज के वोट दिता बल्ले वोट दो बे वोट देश बल्ले ने जो कोई कूड़ मार मार के जो कुछ किया लाख घर देवे करोड़ नौकरी देव गे कुछ भी नहीं हो सब झूठ की कहानी है पता नहीं आई वास्तव की करता हूँ महंगाई तो दुकान आ गए महंगाई जारी ਉਹ ਕਾ ਗਰੀ ਵਾਰ ਬਾਤ ਦੁਆਇਂ ਦੇਣੇ ਪਈ ਸੌਂਦੇ ਰੋਣਦੇ ਸਾਡੇ ਕੋਲ ਆ ਕੇ ਮਤਲਬ ਵੇਖੋ ਜੀ ਸਾਡੇ ਕੋਲ ਆਟਾ ਕੋਈ ਹੈ ਕੋਈ ਨਹੀਂ ਗਰੀਬ ਆਂ ਜੀ ਵਾਰ ਗਏ ਜੀ ਕੋਈ ਕੰਮ ਕੋਈ ਕਾਰ ਕੋਈ ਹਰ ਸ਼ੇ ਬੰਦ ਹੋਈ ਵੀ ਲੇਕਿਨ ਲੋਗ عمران ਖਾਨ ਜਿਹੜਾ ਹੈ ਉਹ ਆਪ ਦੀ ਆਪ ਦੇ ਬੋਲਦੇ ਬੰਦੇ ਹੈ ਭਾਈ ਜਵਾਬ ਦੀ ਖੋਦ ਲਈ ਜਾਂਦੇ

ਕਿ ਇਹਨਾਂ ਦੀ ਹਕੂਮਤ ਇਹਨਾਂ ਨੂੰ ਕੋਈ ਹਰਾਉਂਦਾ ਨਹੀਂ ਪਿਆਈਆ ਇਹਨਾਂ ਦਾ ਕੋਈ ਬੁਰਾ ਨਹੀਂ ਕਰਦਾ ਪਿਆ ਇਹ ਖੁਦ ਆਪਣਾ ਬੁਰਾ ਆਪ ਕਰਦੇ ਪੈਨੇ ਇਹਨਾਂ ਦੇ ਜਿਹੜੇ ਸਿਆਸਤਦਾਨਾ ਜਿਹੜੇ ਇਹਨਾਂ ਦੇ ਪਾਰਟੀ ਦੇ ਵਰਕਰ ਨੇ ਇਹ ਆਪ ਬੁਰਾ ਕਰਦੇ ਪਏ ਇਹਨਾਂ ਦਾ ਕਹਿਣਾ ਇਹਗਾ ਤੇ ਬਾਬਾ ਜੀ ਇੱਕ ਗੱਲ ਤੁਹਾਨੂੰ ਹੋਰ ਪੁੱਛਾਂਗੇ ਕਿ ਆਉਣ ਵਾਲੇ ਇਲੈਕਸ਼ਨ 'ਚ ਜਾਰੀ ਗੱਲ ਤੁਹਾਨੂੰ ਪਾਰਟੀ ਵੱਲੋਂ ਹਦਾਇਤ ਵੀ ਹੋ ਗਈ ਆ ਕਿ ਤੁਸੀਂ ਇਲੈਕਸ਼ਨ ਦੀ ਤਿਆਰੀ ਕਰੋ ਆਉਣ ਵਾਲੇ ਇਲੈਕਸ਼ਨ 'ਚ ਕਿਹਾ ਕਿ ਤੁਸੀਂ ਖੜੇ ਹੋਵੋਗੇ ਕਿ ਤੁਸੀਂ ਆਪਣਾ ਕੋਈ ਕਿਸੇ ਨੂੰ ਖੜਾ ਕਰੋਗੇ ਤੇ ਕਿਹਨੂੰ ਖੜਾ ਕਰੋਗੇ

ਕਿ ਅਜੇ ਤੱਕ ਮੈਂ ਖੁਦ ਮੁਖਤਿਆਰ ਹਾਂ ਔਰ ਮੈਂ ਇਲੈਕਸ਼ਨ ਆਪ ਲੜਾਂਗਾ ਔਰ ਲੋਕ ਮੇਨਾਂ ਪਿਆਰ ਕਰਦੇ ਨੇ ਔਰ ਵਾਕਈ ਲੋਕ ਜਿਹੜੇ ਆ ਅਲਹਮਦੁਲਿਲਾ ਇਹਨਾਂ ਨਾਲ ਪਿਆਰ ਕਰਦੇ ਨੇ ਅਸੀਂ ਬਚਪਨ ਚ ਦੇਖਿਆ ਵਾ ਇਹਨਾਂ ਦੀ ਸਿਆਸਤ ਕਿ ਕਮਾਲ ਸਿਆਸਤ ਆ ਇਸ ਤਰ੍ਹਾਂ ਸਾਡੇ ਨਾਲ ਇਹਨਾਂ ਦੇ ਬੇਟੇ ਛੋਟੇ ਹੈਗੇ ਨੇ ਸਖਾਵਾ ਸਾਹਿਬ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਦਾ ਸਿਆਸਤ ਬਾਰੇ ਕੀ ਖਿਆਲ ਆ ਲੋਕੋ ਨੇ ਬੜੇ ਸ਼ੌਕ ਸੇ ਵੋਟ ਦੀਏ ਆਪਣੇ ਘਰ ਦੇ ਖਰਚੇ ਤੱਕ ਹੀ इमरान खान आएगा और नया पाकिस्तान बनाएगा लेकिन नया पाकिस्तान अब हमें मंजूर नहीं है हमारा पुराना पाकिस्तान ही मंजूर है कम कम लोगों को रोज़गार तो मिलता था ना जी नौकरियाँ मिलती थी हमारे दौर में बाबा जी ने कम कम तीन चार सौ नौकरियाँ दी हैं हमारे लोगों को आवाम को बिना किसी मुआवजे के बिना किसी लालच के और तहसील तानने वाला बनवाने में सबसे बड़ा किरदार बाबा जी का था जो आज ताला वाला में आप देख लें कि प्रॉपर्टी जो है उसके रेट बहुत ज्यादा है कचहरियाँ बन गई थाने बन गए यह सब बाबा जी की मेहरबानी है और इन शाला अगर लल्ला ने इतार दिया तो तानला की तरक्की के लिए हम कोई कसर नहीं छोड़ेंगे और वो जमात है जो गरीबों किसानों की थी इमरान खान ने बेड़ा घर कर दिया लोग रुल गए इस खाद के लिए डी ए पी का दस हज़ार रेट कर दिया लेकिन दस हज़ार के होने के बावजूद भी नहीं मिल रही यूरिया का तो नाम ही नहीं वो जैसे मुलक से गायब हो गई। हम किसान भाइयों के साथ हैं गरीबों के साथ हैं और ये हुकूमत मुकम्मल फेल होगी पी टी आई अब अल्लाह ताला ही बचाए इस मुलक को और हम इंशाल्लाह भरपूर कोशिश करेंगे आइंदा इलेक्शन में इकतदार में आके जिस तरह वाले साहब हमारे ने खिदमत की लोगों की इंशाल्लाह हम भी करेंगे